ਤਾਂ ਮੈਂ ਕੀ ਇਹਨਾਂ ਦੇ ਘਰ ਸੁੱਧ ਦੇਣ ਆਇਆ ਜੀ, ਇਹ ਮੈਨੂੰ ਹੱਥ ਬੰਨ ਕੇ ਲੈ ਕਰ ਰਹੇ ਉਹ ਭੱਜ ਗਏ ਜੀ, ਮੈਨੂੰ ਹੱਥ ਮੈਂ ਕੀ ਇਹਨਾਂ ਦੇ ਘਰ ਸੁੱਧ ਦੇਣ ਆਇਆ ਜੀ, ਇਹ ਮੈਨੂੰ ਹੱਥ ਬੰਨ ਕੇ ਉਹ ਭੱਜ ਗਏ ਜੀ, ਹੁਣ ਹੁਣ ਬੋਲ ਵੀਰੇ, ਮੈਨੂੰ ਪ੍ਰਿੰਸ ਨੇ ਭੇਜਿਆ ਸੀ ਇਨਸਾਨਾ ਉਪਿੰਦਰਜੀਤ, ਹਾਂਜੀ ਉਹਦਾ ਭਰਾ ਗੱਗਾ, ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਆ ਉਹਦੀ ਤੁਸੀਂ ਵਾਲੀਆਂ ਲਾ ਲਿਓ, ਪਰ ਮੇਰਾ ਮਨ ਨਹੀਂ ਸੀ ਮੰਨਦਾ, ਪਰ ਉਹਨੇ ਟੇਪਾਂ ਲਾ ਕੇ ਮੈਨੂੰ ਫੇਰ ਵੀ ਭੇਜਤਾ, ਮੇਰਾ ਕੋਈ ਨਸ਼ਾ ਨਹੀਂ। ਕਿੰਨੀ ਦੇਰ ਦੀ ਪੁੱਤ ਇੱਥੇ ਘੁੰਮਦੇ ਸੀ? ਮੈਂ ਸਿਰਫ ਇੱਕ ਗੇੜਾ ਲਾਇਆ, ਰਿਕਾਰਡਿੰਗ ਕਢਾ ਲਓ, ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲੀ ਨਹੀਂ, ਤੇ ਵੀਰ ਹੁਣਾਂ ਨੇ ਆਪਾਂ ਨੂੰ ਰੋਕ ਲਿਆ, ਮੈਂ ਬੈਲ ਮਾਰਦਾ ਪਿਆ ਸੀ, ਸ਼ਾਇਦ ਆਹ ਭਾਜੀ ਆਏ ਨੇ ਜਾਂ ਪਤਾ ਨਹੀਂ ਦੂਜੇ ਭਾਜੀ ਆਏ ਨੇ, ਮੈਨੂੰ ਉਹਦੇ ਬਸ ਕੱਲਾ ਪ੍ਰਿੰਸ ਹੀ ਸੀ, ਪ੍ਰਿੰਸ ਸਨ ਆਫ ਰਿੰਦਰ ਜੀ ਦੀ। ਚਲੋ ਜੀ ਚੱਲ ਜੀ ਚੱਲ, ਪੜੋਦੀ ਰੋਡ ਤੇ ਪਹਿਲੇ ਮੰਡੇ ਚ ਸਮਾਨ ਦੇਣ ਆਏ ਸੀ, ਉਹ ਜੋ ਮੈਂ ਕੁੰਡਾ ਖੁੱਲਿਆ ਉਹਨਾਂ ਦੇ ਕਰਦਾ ਆ ਮਹੱਲੇ ਦੇ ਬਾਹਰ ਫਿਰਦੇ ਪਏ ਸੀ ਮੂੰਹ ਢਾਕੀ, ਇਹ ਮੈਨੂੰ ਹੱਥ ਬੰਨ ਲੱਗੀ ਸੀਗੇ, ਮੈਂ ਇੱਕ ਵਾਰੀ ਚਾਬੀ ਕੱਢ ਕੇ ਆਪਣੇ ਅੰਦਰ ਹੋ ਗਿਆ। ਕਿੰਨੇ ਬੰਦੇ ਸੀ? ਇਹ ਦੋ ਬੰਦੇ ਸੀ ਮੂਲ ਬੈਠੇ ਹੋਏ ਸੀ। ਹਾਂਜੀ ਇੱਕ ਭੱਜ ਗਿਆ, ਇੱਕ ਭੱਜ ਗਿਆ ਜੀ। ਹਾਂਜੀ ਜੋਰਾ ਸਿੰਘ ਜੀ, ਤੁਸੀਂ ਲੈ ਕੇ ਚੱਲਿਓ ਮੁਹੱਲੇ ਤੋਂ, ਪਤਾ ਕੀਤਾ ਵੀ ਕੀਤਾ ਕੀ ਇਹਨੇ ਆ ਕੇ? ਤੁਸੀਂ ਮੁਹੱਲੇ ਤੋਂ ਲੋਕਾਂ ਜੋ ਖੜੇ ਨੇ ਇੰਨੇ ਵੀ ਕੀ ਚੱਕਰ ਹੈ ਮਾਮਲਾ ਪਤਾ ਕੀਤਾ? ਦੋ ਫੜੇ ਸੀ ਪਹਿਲਾਂ, ਦੋ ਪਹਿਲਾਂ ਫੜੇ ਸੀ ਥਾਣੇ ਲੈ ਕੇ ਚੱਲਦੇ ਹਾਂ। ਕੀ ਨਾਮ ਹੈ ਤੁਹਾਡਾ? ਕੀ ਹੋਗਾ? ਰਮਨ ਵਡੇਰਾ ਜੀ, ਮੈਂ ਪੰਜਾਬ ਯੂਥ ਪ੍ਰਧਾਨ ਸ਼ਿਵ ਸੈਨਾ। ਪ੍ਰਧਾਨ ਜੀ ਬੜੀ ਜਦੋਜਹਿਦ ਬਾਅਦ, ਇੱਕ ਬੰਦਾ ਪਹਿਲਾਂ ਕਾਬੂ ਕੀਤਾ, ਇੱਕ ਹੁਣ ਕਾਬੂ ਕੀਤਾ, ਮਾਮਲਾ ਕੀ ਹੈ ਸਾਰਾ? ਮਾਮਲਾ ਜੀ ਕੁਛ ਗੜਗਮਾਉਂਦਾ ਦਿਖਦਾ ਪਿਆ ਵਾ, ਕੁਛ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ, ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ, ਜੋ ਜਿਹੜਾ ਦੂਜਾ ਫੜਿਆ ਜਿਹਨੇ ਟੋਭੇ ਛਾਲ ਮਾਰੀ ਆ, ਇਹਨੂੰ ਫੜਿਆ, ਇਹਨੂੰ ਅਸੀਂ ਪੁੱਛਿਆ ਸੀਗਾ, ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨੀਗਾ, ਤੂੰ ਇਹ ਦੱਸ ਤੈਨੂੰ ਭੇਜਿਆ ਕਿਹਨੇ ਆ? ਇਹ ਕਿਸੇ ਬੰਦੇ ਦਾ ਨਾਂ ਲੈਂਦਾ ਸੀ ਉੱਥੇ ਦੇ ਮੁੰਡੇ ਦਾ, ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆਹ ਘਰ ਦੇ ਬੰਦੇ ਬਾਹਰ ਨਿਕਲਣਗੇ, ਇਹਨਾਂ ਦੀ ਵਾਲੀਆਂ ਖੋਲ ਲਈ, ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ, ਵਾਲੀਆਂ ਖੋਲਿਓ। ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆਹ ਗੱਲ ਕਿਉਂ ਕਹਿੰਦਾ ਪਿਆ ਵਾ, ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ, ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ, ਤੇ ਉਹ ਬੰਦੇ ਨੇ ਭੇਜੇ ਸੀਗੇ, ਇਹਦੀ ਰੈਕੀ ਹੋਈ ਸੀ, ਉਹੀ ਘਰ ਮੂਹਰੇ ਸਕੂਟਰੀ ਆਈ, ਉਹੀ ਟਾਈਮ 8:15 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਉਂਦੇ ਨੇ, ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਣ ਵਾਲੇ ਹੋ ਗਏ। ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐਂ ਕਰਨ, ਇਹ ਆਪਣਾ ਬਚਾਅ ਕਰਨ ਲਈ ਕਿ ਹੁਣ ਕਿ ਕੋਈ ਹੋਰ ਪੰਗਾ ਨਾ ਪੈ ਜਾਵੇ। ਮੁਕੇਸ਼ ਕੌਣ? ਮੁਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ, ਇਹ ਹਿੰਦੂ ਲੀਡਰ ਹੋਣ ਕਰਕੇ ਅੱਜ ਕੱਲ੍ਹ ਬਹੁਤ ਵਾਰਦਾਤਾਂ ਹੋ ਰਹੀਆਂ ਨੇ, ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ, ਮੈਨੂੰ ਪੂਰਾ ਸ਼ੱਕ ਨਹੀਂ, ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹਦੇ ਇਸ ਮੁੰਡੇ ਦੇ ਅੱਜ ਸੱਟਾ ਵੱਜਣੀਆਂ ਸੀ, ਇਹ ਇਹਦੀ ਚੁਸਤੀ ਦਰੁਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ। ਹਾਂਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ, ਆਲਾ ਅਧਿਕਾਰੀਆਂ ਨਾਲ ਗੱਲ ਹੋਈ ਹੈ? ਆਲਾ ਅਧਿਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ, ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ, ਮੈਂ ਖੁਦ ਦੇਖੂੰਗਾ
ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ, ਉਹ ਗਏ ਹੋਏ ਸੀ। ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ। ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ, ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਹੁੰਚਵਾਤਾ ਵਾ। ਕੀ ਲੱਗਦਾ ਵੀ ਕੌਣ ਸੌਦੇ? ਇਹ ਤਾਂ ਜੀ ਹੁਣ ਪੁਲਿਸ ਹੀ ਕੱਢੂਗੀ। ਜਿੱਥੇ ਤੱਕ ਸਾਡਾ ਮਨ ਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕੀ ਹੁੰਦੀ ਸੀ, ਇਹਦਾ ਕੋਈ ਵਾਧੂ ਘਾਟੂ ਨੁਕਸਾਨ ਹੋ ਸਕਦਾ? ਹਾਂ, ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ। ਉਹ ਆਪਣੇ ਮੂੰਹੋਂ ਮੰਨਦੇ ਨੇ ਕਿ ਅਸੀਂ 2-4-5 ਗੇੜੇ ਪਹਿਲਾਂ ਲਾਏ ਨੇ, ਸਾਨੂੰ ਮਿਲਿਆ ਨਹੀਂ। ਇਹ ਹੁਣ ਪੁਲਿਸ ਕੱਢੇਗੀ ਜੀ, ਪੁਲਿਸ ਵੈਰੀਫਾਈ ਕਰੇਗੀ, ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ। ਜੈ ਸ਼੍ਰੀ